ਉਹਦੇ ਸਰੈਂਡਰ ਕਰ ਗਿਆ ਪੰਜਾਬ ਦੇ ਅਖਤਿਆਰ ਹੀ ਦਿੱਤੇ ਉਹਨੇ ਤਾਂ ਹੁਣ ਬੰਦੇ ਦੀ ਜਿਹੜੀ ਜ਼ਮੀਰ ਹੀ ਵਿਕ ਜੇ ਫਿਰ ਉਹਦੇ ਕੋਲ ਜਿੰਨੀ ਮਰਜ਼ੀ ਤਾਕਤ ਹੋ ਉਹਦੀ ਮਹਿਣਾ ਹੀ ਨਹੀਂ ਕੋਈ ਮਹਿਣਾ ਹੀ ਕੋਈ ਨਹੀਂ ਇੰਨਾ ਵੱਡਾ ਮੈਂਡੇਟ ਦਿੱਤਾ ਪੰਜਾਬ ਨੇ ਅੱਜ ਤੱਕ ਨਹੀਂ ਕਿਸੇ ਨੂੰ ਮਿਲਿਆ ਅਨਾੜੀ ਨੇ ਨਾ ਅਨਾੜੀ ਨੇ ਪਤਾ ਹੀ ਨਹੀਂ ਹੈ ਨਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੀ ਹੈ ਔਰ ਪੰਜਾਬ ਉਸ ਕਗਾਰ ਦੇ ਉੱਤੇ ਖੜਾ ਹੈ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਇਨਕਮ ਚਾਹੀਦੀ ਹੈ ਇਹ 60% ਵਧੀ ਹੈ ਪਿੰਡਾਂ 'ਚ ਕਿਤੋਂ ਤੋਂ ਸ਼ੁਰੂਆਤ ਕਰਨੀ ਪਊਗੀ ਨਾ ਇਨਕਮ ਲਿਆਉਣੀ ਪਊਗੀ ਚਾਹੇ ਮੈਂ ਹੁਣ ਸ਼ਰਾਬ ਦੇ ਖਿਲਾਫ ਭਾਵਾਂ ਨੀਤੀ ਇਹੋ ਜਿਹੀ ਬਣਾਓ ਤੁਸੀਂ ਸੂਬੇ 40-40 ਹਜ਼ਾਰ ਕਰੋੜ ਰੁਪਇਆ ਕੱਢੀ ਜਾਂਦੇ ਹਰ ਸਾਲ 15% ਅਸੀਂ 100-200 ਕਰੋੜ ਦੀ ਲੜਾਈ ਲੜੀ ਜਾਂਦੇ ਪੰਜਾਬ ਮਾਰਿਆ ਠੇਕੇਦਾਰੀ ਸਿਸਟਮ ਨੇ ਠੇਕੇਦਾਰਾਂ ਦੇ ਪਿੱਛੇ ਖੜ ਕੇ ਮਾਰਿਆ ਉਹ ਠੇਕੇਦਾਰਾਂ ਦਾ ਜਿਹੜਾ ਮੁਨਾਫਾ 100 ਪਰਿਵਾਰ ਕਮਾਉਂਦੇ ਆ ਉਹ ਇੱਥੇ ਆਉਣਾ ਚਾਹੀਦਾ ਸੀ 3 ਕਰੋੜ ਪੰਜਾਬੀ ਵਾਂਝੇ ਰਹਿ ਗਏ 100 ਪਰਿਵਾਰ ਕਮਾਈ ਗਏ ਉਹੀ ਰੇਤਾ ਦਿਮਾਗ ਚਾਹੀਦਾ ਨਾ ਜੇ ਤੁਸੀਂ ਸਪਲਾਈ ਰੋਕ ਦਿਓਗੇ ਰੇਤੇ ਦੀ ਟਰਾਲੀ ਅੱਜ 16,000 ਦੀ ਹੈ 4,000 ਦੀ ਸੀ ਇਹ ਕਹਿੰਦੇ ਸਸਤੀ ਕਰਾਂਗੇ ਅੱਛਾ ਹੋ ਗਈ ਕਹਿੰਦੇ ਸੀ ਵੇਖੋ ਗੱਲਾਂ ਦਾ ਕੜਾ ਹੈ ਇਹਨਾਂ ਕੋਲ ਇੱਕ ਗੱਲ ਨੂੰ ਸਮਝ ਲਓ ਜਦ ਤੱਕ ਨੀਤੀਆਂ ਬਣਨਗੀਆਂ ਰੇਟ ਫਿਕਸ ਨਹੀਂ ਹੋਣਗੇ ਠੇਕੇਦਾਰੀ ਸਿਸਟਮ ਜਦ ਤੱਕ ਖਤਮ ਨਹੀਂ ਹੋਊਗਾ ਨੀਤੀਆਂ ਨਹੀਂ ਬਣਨਗੀਆਂ ਕੁਛ ਨਹੀਂ ਹੋਊਗਾ ਆਊਟਸੋਰਸ ਕਰਤਾ ਪੰਜਾਬ ਆਊਟਸੋਰਸ ਇਹ ਉਹ ਸੂਬਾ ਜਿਹਨਾਂ ਸੇਧ ਦਿੰਦਾ ਸੀ ਇਹਨੂੰ ਲੋੜ ਹੈ ਔਰ ਫਿਰ ਇੱਕ ਯੂਨੀਅਨ ਟੈਰੀਟਰੀ ਤੋਂ ਸੇਧ ਲੈਣ ਦੀ ਕਹਿੰਦੇ ਨੌਲੇਜ ਸ਼ੇਅਰਿੰਗ ਹੋ ਰਹੀ ਹੈ ਜੀ ਵਾਹ ਜਿਸ ਪੰਜਾਬ 'ਚ ਨੌਲੇਜ ਨਹੀਂ ਹੈਗੀ ਜਿਸ ਬੰਦੇ ਨੂੰ ਨੌਲੇਜ ਆਪ ਨੂੰ ਨਾ ਹੋਵੇ ਉਹਨੂੰ ਲੋਲਾ ਕਹਿੰਦੇ ਸਾਡਾ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਬਣਾਏ ਦੇ ਸੰਤਰੀ ਬਣ ਗਿਆ ਦਿੱਲੀ ਦੇ ਮੁੱਖ ਮੰਤਰੀ ਦਾ ਸੰਤਰੀ ਕਿਹੜੇ ਦੇ ਬਾਰ ਦਰਬਾਰ ਸਲੂਟ ਮਾਰਦੇ ਹੁੰਦੇ ਅਤੇ ਲੇਟ ਗਿਆ ਦੇਖੋ ਪੰਜਾਬ ਦੀ ਅਣਖ ਨੂੰ ਵੰਗਾਰ ਲਿਆ ਪੰਜਾਬੀ ਕੁਛ ਵੀ ਕਰ ਸਕਦਾ ਪਰ ਅਣਖ ਦੀ ਲੜਾਈ ਲੜਦਾ ਅਤੇ ਹੁਣ ਤੁਸੀਂ ਦੱਸੋ ਨਿੱਕੇ ਨਿੱਕੇ ਦੋ ਜਵਾਕ ਨੇ ਆ ਪਿੱਛੇ ਦੇਖ ਕੇ ਆਇਆ ਮੈਂ ਸਵੇ ਬਲਦੇ ਦੇਖੋ ਤੁਸੀਂ ਤਾਂ ਉਹਦਾ ਜਦੋਂ ਸੇਕ ਲੱਗਦਾ ਪਤਾ ਲੱਗਦਾ ਨਾ ਦੇਖੋ ਧਰਤੀ ਦੇ ਉੱਤੇ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਜਿਹੜੀ ਤੂੜੀ ਡੰਗਰਾਂ ਵਾਲੀ ਤੂੜੀ 12 ਰੁਪਏ ਕਿਲੋ ਸੋਚ ਕੇ ਵੇਖ ਮਿੱਤਰਾ ਮਹਿੰਗਾਈ ਕਿੱਥੇ ਜਾਂਦੀ ਹੈ ਦੁਨੀਆ ਕਿਸਾਨ ਨੂੰ ਤਾਂ ਫਿਰ ਵੀ ਕੁਛ ਨਹੀਂ ਮਿਲਿਆ ਮੈਂ ਕਹਿ ਰਿਹਾ ਦੇਖੋ ਅੱਜ ਜੇ 4,000 ਦੀ ਕਣਕ ਵਿਕਦੀ ਹੈ ਯੂਕਰੇਨ ਤੇ ਰਸ਼ੀਆ ਦੀ ਲੜਾਈ ਕਰਕੇ 25% ਕਣਕ ਦੀ ਸਪਲਾਈ ਘੱਟ ਗਈ ਵਰਲਡ ਮਾਰਕੀਟ 'ਚ ਅਤੇ ਜੇ ਉਹ ਕਣਕ ਦੀ ਸਪਲਾਈ ਘੱਟ ਗਈ ਅਤੇ ਕਣਕ ਦੀ ਕੀਮਤ 4,000 ਹੋ ਗਈ ਇਹ ਤਾਂ 2,000 ਦੀ ਲੈ ਰਹੇ ਕਿਸਾਨ ਤੋਂ ਉੱਥੇ ਵੇਚਦੇ 3,500 ਦੀ 4,000 ਦੀ ਅਤੇ ਭਾਈ ਜੇ ਤੁਸੀਂ 1,500 ਕਮਾ ਰਹੇ ਹੋ 500 ਕਿਸਾਨ ਨੂੰ ਦੇ ਦਿਓ 1/3 ਕਿਸਾਨ ਨੂੰ ਦੇ ਦਿਓ 2/3 ਸਰਕਾਰ ਕਮਾ ਲਏ ਤੁਸੀਂ ਉਹਨੂੰ ਹਿੱਸੇਦਾਰ ਬਣਾਓ ਨਾ ਦੁੱਖਾਂ ਦਾ ਤਾਂ ਹਿੱਸੇਦਾਰ ਹੈ ਹੀ ਆ ਉਹ ਭਾਈ ਹਰ ਚੀਜ਼ ਦਾ ਰਿਸਕ ਉਹ ਝੇਲਦਾ ਥੋੜ੍ਹੀ ਬਾਰਿਸ਼ ਜ਼ਿਆਦਾ ਹੋ ਗਈ ਤਾਂ ਫਸਲ ਗਈ ਗਰਮੀ ਜ਼ਿਆਦਾ ਪੈ ਗਈ ਝਾੜ ਕੱਟ ਗਿਆ ਹੈਂਜੀ ਲੂ ਜ਼ਿਆਦਾ ਵਗਦੀ ਤਾਂ ਝਾੜ ਕੱਟ ਗਿਆ DAP ਦੀ ਖਾਦ ਹੈ ਉੱਤੋਂ ਬੜੀ ਵਧੀਆ ਅੰਦਰੋਂ ਨਕਲੀ ਹੈ ਖਾਦ ਰੇਟ ਵੱਧ ਗਏ ਮਤਲਬ DAP ਦੇ ਰੇਟ ਵਧਾ ਤੇ ਫਰਟੀਲਾਈਜ਼ਰ ਦੇ ਰੇਟ ਵਧਾ ਤੇ ਕੋਸਟ ਆਫ ਪ੍ਰੋਡਕਸ਼ਨ ਡੀਜ਼ਲ ਪੈਟਰੋਲ ਦੀ ਵਧਾ ਤੀ ਇਹ 9% ਵਧਾਈ ਹੈ ਮਤਲਬ ਉਹਦੀ ਲਾਗਤ ਵੱਧ ਰਹੀ ਹੈ ਉਹਦੀ ਆਮਦਨ ਘੱਟ ਰਹੀ ਹੈ 18-19-20 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਪਰ ਮੁੱਖ ਮੰਤਰੀ ਦਾ ਬਿਆਨ ਨਾ ਦੇਣਾ ਇੱਕ ਬਿਆਨ ਵੀ ਨਾ ਆਉਣਾ ਆਫੀਸ਼ੀਅਲੀ ਕਿਸੇ ਵੀ ਮਿਨਿਸਟਰ ਦਾ ਕਿਸੇ MLA ਦਾ ਛੋਟੇ ਵੀਰ 18 ਨਾ ਕਹਿ 40-45 ਤੇ ਵੱਢ ਟੁੱਕ ਦਿੱਤੇ ਪਹਿਲੀ ਜਿਹੜੀ ਪ੍ਰਾਇਰਟੀ ਹੈ ਨਾ ਉਹ ਲਾਅ ਐਂਡ ਆਰਡਰ ਹੈ ਆ ਪਿੱਛੇ ਹੁਣ ਤਰਨ ਤਰਨ NRI ਦੇ ਗੋਲੀਆਂ ਮਾਰ ਕੇ ਕਿਤੇ ਦਾਤੀਆਂ ਨਾਲ ਵੜਤਾ ਆ ਕਿਤੇ ਵਰਕਰ ਠੋਕਤੇ ਕਿਤੇ ਇੱਟਾਂ ਨਾਲ ਮਾਰਤਾ ਹੈਂਜੀ 40-45 ਉਹ ਮਰ ਗਏ ਕਿਤੇ ਕਬਜ਼ੇ ਚਲੀ ਜਾਂਦੇ ਕਿਤੇ ਫਰੋਤੀਆਂ ਚਲੀ ਜਾਂਦੇ ਆ ਕਬੱਡੀ ਵਾਲੇ ਮਾਰਤੇ ਕਿਤੇ 5-7 ਆ ਪਟਿਆਲੇ ਹੋ ਕੇ ਆਏ ਸੀ ਉਹਨਾਂ ਦੇ ਘਰੇ ਦੌਣਕਲਾ ਮਤਲਬ ਮੈਂ ਸੋਚ ਕੱਲ੍ਹ ਅਰਬਨ ਸਟੇਟ ਫੇਰ ਮਾਰਤਾ 40-45 ਬੰਦੇ ਉਹ ਮਾਰਤੇ ਠੀਕ ਹੈ ਕਿਸਾਨ ਇਹਨਾਂ ਦਾ ਸੁਪਰੀਮੋ ਕਹਿੰਦਾ 1 ਅਪ੍ਰੈਲ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਮਤਲਬ ਜ਼ਿੰਮੇਵਾਰੀ ਲੈਂਦਾ ਕੋਈ ਸੁਸਾਈਡ ਨਹੀਂ ਕਰੂਗਾ ਕਹਿੰਦਾ ਕੋਈ ਸੁਸਾਈਡ ਨਹੀਂ ਕਰੂਗਾ ਜ਼ਿੰਮੇਵਾਰੀ ਤੇ ਮੈਨੂੰ ਇਹ ਦੱਸ 70 ਪੰਜਾਬੀ ਜਾਨ ਤੋਂ ਗਏ ਉਹ ਕਿਸੇ ਇੱਕ ਦੇ ਤਾਂ ਘਰੇ ਜਾਇਆ ਉਹ
एक दे ता खबर ले लो एक दी कह दी एक दी एसी कमरा लाल दा सारे बंद कर ला शाम छे बजे दरवाजे बंद कर लेना किसे नूं मिलदा नहीं कि अफसर नूं मिलदा एसी कमरे च बह के एक भाषण जिहा छड्ड दिंदा ਜਿਹੜੇ ਕਹਿੰਦੇ ਸੀ ਮੀਡੀਆ ਚ ਰਵਾਂਗੇ ਅੱਜ ਮੀਡੀਆ ਨੂੰ ਜਵਾਬ ਨਹੀਂ ਉਹ ਇਸ ਕਰਕੇ ਹੈ ਕਿ ਭਾਈ ਇਹਨਾਂ ਨੂੰ ਸਮਝ ਨਹੀਂ ਆ ਰਹੀ ਰੋਲ ਇਹਨਾਂ ਦਾ ਓਪੋਜੀਸ਼ਨ ਨਹੀਂ ਹੈ ਹੁਣ ਇਹਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਰੋਲ ਸਾਡਾ ਓਪੋਜੀਸ਼ਨ ਦਾ ਇਹ ਹਜੇ ਵੀ ਸੋਚਦਾ ਮੈਂ ਓਪੋਜੀਸ਼ਨ ਚ ਹੀ ਹਾਂ ਤਾਂ ਹੀ ਤਾਂ ਮੈਂ ਕਹਿੰਦਾ ਜਿਹੜੇ ਡਿਸੀਜਨ ਹੋ ਰਹੇ ਨੇ ਬਾਅਦ ਚ ਆਣ ਕੇ ਉਹਨਾਂ ਦਾ ਯੂ ਟਰਨ ਲਿਆ ਜਾ ਰਿਹਾ ਵੀ ਅਫਸਰਾਂ ਨੇ ਦੱਸਿਆ ਨਹੀਂ ਪਤਾ ਨਹੀਂ ਲੱਗਾ ਇਹਦਾ ਮਤਲਬ ਮੁੱਖ ਮੰਤਰੀ ਦੇ ਅਫਸਰ ਜਿਹੜੇ ਨੇ ਕਹਿਣ ਤੋਂ ਬਾਹਰ ਨੇ ਵੇਖੋ ਇੱਕ ਬੜੀ ਸਿੰਪਲ ਜੀ ਗੱਲ ਉਹਨੂੰ ਸਮਝੀ ਹੈ ਨਹੀਂ ਅਨਾੜੀ ਹੈ ਮੈਨੂੰ ਦੱਸ 92 MLA 91 ਗੁੰਗੇ ਬੋਲੇ ਹੈ ਇਹ ਗੁੰਗੇ ਭਲਵਾਨ ਇਹ ਦੇਖਣ ਨੂੰ ਬਣਾਏ ਸੀ ਬੋਲਣ ਨੂੰ ਨਹੀਂ ਬਣਾਏ ਸੀ ਬੋਲਿਆ ਕੋਈ ਇੱਕ ਵੀ ਇੱਕ ਬੰਦਾ ਬੋਲਿਆ ਇੱਥੇ ਕਿਤੇ ਪੁੱਛਿਆ ਬੰਦਾ ਥਾ ਮੈਨੂੰ ਇਹ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਦੀ ਅਣਖ ਪੰਜਾਬ ਦੀ ਗੈਰਤ ਕੋਈ ਬੋਲਿਆ ਨਾ ਚੋ ਮੀਡੀਆ 'ਚ ਖਬਰਾਂ ਹਰ ਵਿਧਾਇਕ ਦੇ ਨਾਲ ਇੱਕ ਬੰਦਾ ਦਿੱਲੀ ਤੋਂ ਲਾ ਦਿੱਤਾ ਗਿਆ ਫਿਰ ਜੇ ਹੁਣ ਮੈਨੂੰ ਇੱਕ ਗੱਲ ਦੱਸ ਛੋਟੇ ਭਾਈ ਮੈਂ ਤੇ ਚਲੋ ਇੱਥੇ ਆਇਆ ਮੈਨੂੰ ਐਂ ਦੱਸ ਜੇ ਇਹਨਾਂ ਨੂੰ ਆਉਂਦਾ ਹੀ ਨਹੀਂ ਸੀ ਤੇ ਫਿਰ ਦਰਸ਼ਨ ਦੇ ਨੂੰ ਰੱਖੇ ਜਦੋਂ ਹੁਣ ਇਹ ਟ੍ਰੇਨਿੰਗ ਲੈਣ ਜਾਣਗੇ ਪੰਜਾਬ ਤੇ ਫਾਈਨੈਂਸ਼ੀਅਲ ਐਮਰਜੈਂਸੀ ਦੀ ਕਗਾਰ ਤੇ ਖੜਾ ਇਹਨਾਂ ਨੂੰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੀ ਹੈ ਨਹੀਂ ਉਹ ਕਹਿੰਦੇ ਪੰਜਾਬ ਦੇ ਭੱਲੇ ਲਈ ਸਾਨੂੰ ਇਟਲੀ ਜਾਣਾ ਪਵੇ ਅਸੀਂ ਇਟਲੀ ਵੀ ਜਾਵਾਂਗੇ ਰਾਤ ਬਿਆਨ ਦਿੱਤਾ ਮੈਨੂੰ ਐਂ ਦੱਸ ਇਟਲੀ ਜਾ ਕੇ ਕਹਿੰਦੇ ਬਾਕੀ ਸਰਕਾਰਾਂ ਦੇ ਨੁਮਾਇੰਦੇ ਵੀ ਜਾਂਦੇ ਰਹੇ ਸਾਨੂੰ ਦੱਸਣਾ ਕਿੱਦਾਂ ਭਲਾ ਹੋਊਗਾ ਇਟਲੀ ਉਹ ਭਾਈ ਕਹੇ ਇਟਲੀ ਛੱਡ ਜਿੱਥੇ ਮਰਗਤਾਂ ਹੋਈਆਂ ਉੱਥੇ 2 ਘੜੀ ਜਾਇਆ ਪਤਾ ਕਰਿਆ ਕੋਈ ਬੋਨਸ ਅਨਾਊਂਸ ਕਰ ਲਾ ਕੋਈ ਜਾਣਦਾ ਤਾਂ ਮੁੱਲ ਨਹੀਂ ਨਾ ਹੁਣ ਉਹਦਾ ਤਾਂ ਨਹੀਂ ਮੁੱਲ ਪਾ ਸਕਦੇ ਉਹਨੂੰ ਤੁਸੀਂ ਵਾਪਸ ਤਾਂ ਨਹੀਂ ਲਿਆਦੇ ਉੱਥੇ 4 ਕੰਪਨਸੇਸ਼ਨ ਨੇ ਤੇਰਾ ਤਾਂ ਮੁੱਖ ਮੰਤਰੀ ਸੁਪਰੀਮੋ ਕਹਿੰਦਾ ਸੀਗਾ ਖੁਦਕੁਸ਼ੀ ਕਰ ਨਹੀਂ ਦੂੰ ਜੇ ਕੀਤੀ 1 ਕਰੋੜ ਰੁਪਈਆ ਕੰਪਨਸੇਸ਼ਨ ਦੂੰ ਆ ਬੱਚੇ ਪਲੱਸ 2 ਬੈਠੇ ਨੇ ਇੱਥੇ ਆ ਕੇ ਅਫਸੋਸ ਕਰੇ ਆ ਵੇ ਇੱਥੇ ਦੇ ਨੂੰ ਮਾਵੇ ਨੌਕਰੀ ਡਬਲ ਐਮਏ ਡਬਲ ਉਹਨੂੰ ਮੈਂ ਕਿਹਾ ਇੱਥੇ ਇਹਨਾਂ ਦੇ ਕਾਲਜ ਕਿਹੜਾ ਸੀਗਾ ਜੋ ਉੱਥੇ ਰਾਜਪੁਰੇ ਕਾਲਜ ਉੱਥੇ ਲਵਾਇਆ ਇਹਨੂੰ ਪੁੱਛਾਂਗੇ ਹੁਣ ਭਾਈ ਅਸੀਂ ਜਿੰਨਾ ਕੁ ਹੱਥ ਵਸ ਹੈ ਉਹਨਾਂ ਕਰ ਦੇਾਂਗੇ ਇਵੇਂ ਸਰਕਾਰ ਕੱਤਾ ਹੀ ਚੱਲੂਗੀ ਪੰਜਾਬੀ ਨੇ ਸਹਾਤਾ ਲੈਣਗੇ ਮਿੱਤਰ ਪਿਆਰੇ ਇਹਨਾਂ ਦਾ ਹੁਣ ਮੈਂ ਤੈਨੂੰ ਕੀ ਦੱਸਾਂ ਇਹਨਾਂ ਡਰਾਈਵਰ ਸੀ ਚਲਾਉਂਦਾ ਉਹਨੂੰ ਡਰਾਈਵਰ ਨੂੰ ਕਹਿੰਦਾ ਬਾਹਰ ਆ ਮੈਂ ਚਲਾਉਣੀ ਹੈ ਕਹਿੰਦਾ ਮੈਂ ਚਲਾਉਣੀ ਹੈ ਗੱਡੀ ਉਹ ਕਹਿੰਦਾ ਸਰ ਇਹ ਕਾਰ ਹੈ ਤੁਹਾਡੀ ਸਰਕਾਰ ਨਹੀਂ ਜਿਹੜੀ ਰਾਮ ਭਰੋਸੇ ਚੱਲਦੀ ਇਹ ਤਾਂ ਰਾਮ ਭਰੋਸੇ ਚੱਲਦੀ ਹੈ ਮਿੱਤਰਾ ਕੱਖ ਨਹੀਂ ਹੈ ਜਦੋਂ ਤੁਹਾਡੇ ਕੋਲ ਜਿਹੜਾ ਬਜਟ ਇਹ ਕੀ ਕਹਿੰਦਾ ਸੀ 20,000 ਕਰੋੜ ਰੇਤੇ ਚੁੱਕਣ ਨੂੰ ਠੇਕੇਦਾਰਾਂ ਨੂੰ ਦਿੱਤਾ ਹੋਇਆ ਰੇਤਾ ਅੱਜ 16,000 ਰੁਪਈਏ ਦੀ ਟਰਾਲੀ ਹੈ ਇਹਨੂੰ ਕਹਿ ਕੱਢ 200 ਕੱਢ ਚੱਲ 200 ਕੱਢ ਕੇ ਇਹ ਕਹਿੰਦੇ ਬਿਜਲੀ ਵਾਸਤੇ ਫ੍ਰੀ ਤਾਂ ਅਸੀਂ ਰੇਤੇ ਤੋਂ ਕੱਢ ਲਾਂਗੇ ਬਿਜਲੀ ਦਾ ਐਲਾਨ ਕੀਤਾ ਕਹਿੰਦੇ ਬਹੁਤ ਵੱਡੀ ਖੁਸ਼ਖਬਰੀ ਦੇ ਰਹੇ ਆ ਖੁਸ਼ਖਬਰੀ ਦੇ ਰਹੇ ਆ ਹੁਣ ਉਹਦੇ ਚ ਆਣ ਕੇ ਵੀ ਤੂੰ ਇੱਥੇ ਪਿੰਡ ਸਾਰੇ ਬਿਜਲੀ ਹਾਲ ਕੀ ਹੈ ਫਿਰ ਮੈਂ ਦੇਖਿਆ ਨਾ 2 ਘੰਟੇ ਕਿਸਾਨਾਂ ਦੀ ਵੀ ਮੰਗ ਹੈ ਵੀ 2 ਘੰਟੇ 2 ਘੰਟੇ ਆਉਂਦੀ ਹੁਣ 22 ਘੰਟੇ ਜੋ 2 ਘੰਟੇ ਫ੍ਰੀ ਤੇ ਆਪੇ ਹੋਗੀ ਜਦੋਂ ਆਉਣੀ 2 ਘੰਟੇ ਆ 24 ਘੰਟੇ ਜੋ 2 ਘੰਟੇ ਆਉਣੀ ਫ੍ਰੀ ਆ ਫਿਰ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੁਹਾਨੂੰ 5 ਸਾਲ ਮੈਂਡੇਟ ਦਿੱਤਾ ਘਰ ਠੋਕ ਕੇ ਬਣਾ ਚੰਗੀ ਨੀਤੀ 30-40,000 ਕਰੋੜ ਰੁਪਈਏ ਸ਼ਰਾਬ ਚੋਂ ਕੱਢੋ ਘੱਟ ਤੋਂ ਘੱਟ ਨਹੀਂ 2-3,000 ਕਰੋੜ ਰੁਪਈਏ ਉਹਦੇ ਚੋਂ ਕੱਢੋ ਠੇਕੇਦਾਰੀ ਸਿਸਟਮ ਡਿਸਬੈਂਡ ਕਰੋ ਸਟੇਟ ਆਪਦਾ ਕੰਟਰੋਲ ਰਵੇ ਕੇਬਲ ਚੋਂ ਕੱਢੋ ਠੀਕ ਹੈ ਜੀ ਆਹ ਜ਼ਮੀਨਾਂ ਦੱਬੀਆਂ ਪਈਆਂ ਮੈਂ ਕਿਸੇ ਪਾਰਟੀ ਦਾ ਹੋਵੇ 10 ਖੋਲ ਕੇ ਪ੍ਰੋਪਰਟੀਆਂ ਅਟੈਚ ਕਰ ਇਹਨਾਂ ਦੀਆਂ ਕਹਿੰਦੇ ਸੀ ਕਿ ਅਫਸਰ ਜਿਹੜੇ ਕਹਿੰਦੇ ਨਹੀਂ ਮੈਂ ਤੈਨੂੰ ਕਹਿ ਰਿਹਾ ਤੁਹਾਡੇ ਕੋਲ ਤਾਕਤ ਹੈ ਹੁਣ ਪ੍ਰੋਪਰਟੀਆਂ ਅਟੈਚ ਕਰ ਲਓ ਮਾਫੀਆ ਖਤਮ ਕਰ ਲਓ ਕਹਿੰਦੇ ਸੀ ਕਿ ਅਫਸਰ ਕਰਪਟ ਨੇ ਜਦੋਂ ਕਾਰਵਾਈ ਸ਼ੁਰੂ ਕਰਨੀ ਸੀ ਉਦੋਂ 97% ਅਫਸਰ ਇਮਾਨਦਾਰ ਹੋ ਗਏ ਕੀ ਕਾਰਨ ਮੰਨਦੇ ਹੋ ਤੁਸੀਂ ਇੱਕਦਮ ਚੇਂਜ ਵੇਖੋ ਮੈਂ ਤੈਨੂੰ ਫੇਰ ਕੀ ਕਿਹਾ ਜਦੋਂ ਬੰਦੇ ਨੂੰ ਮੈਨੂੰ ਤੇ ਤਰਸ ਆਉਂਦਾ ਜਿਹਦੇ ਪੱਲੇ ਹੀ ਨਹੀਂ ਕੁਛ ਉਹਨੂੰ ਕੀ ਕਹੀਏ ਤੁਣਕੇ ਕੋਈ ਹੋਰ ਮਾਰਦਾ ਤੁਹਾਡਾ ਸਿੱਧਾ ਨਿਸ਼ਾਨਾ ਕੇਜਰੀਵਾਲ ਮੇਰਾ ਨਿਸ਼ਾਨਾ ਨਿਸ਼ੂਨਾ ਹੀ ਨਹੀਂ ਹਕੀਕਤ ਹੈ ਮੈਂ ਤੈਨੂੰ ਕੀ ਕਿਹਾ ਡੀਫੈਕਟੋ ਮੁੱਖ ਮੰਤਰੀ ਹੈ ਉਹ ਜਿਹਦੇ ਕੋਲ ਆਪਦੇ ਸੂਬੇ ਦੀਆਂ ਪਾਵਰਾਂ ਨਹੀਂ ਉਹ ਪੰਜਾਬ ਨੂੰ ਲੀਡ ਕਰੂਗਾ ਮੈਂ ਕਿਹਾ ਪੰਜਾਬ ਨੇ ਕਦੇ ਸੁਪਨੇ 'ਚ ਸੋਚਿਆ ਨਹੀਂ ਸੀਗਾ ਖਾਬਾਂ 'ਚ ਸੋਚਿਆ ਨਹੀਂ ਸੀਗਾ ਇਹ ਉਹ ਪੰਜਾਬ ਹੈ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜਾਨ ਵਾਰੀ ਪੀਲੀ ਪੱਗ ਜਿਹੜੀ ਬੰਦ ਹੈ ਜਾਨ ਵਾਰੀ ਉਹਦੇ ਵਿਚਾਰਾਂ ਦੀ ਤਾਕਤ ਦੇਖੋ ਤੇ ਦੇਸ਼ ਨੂੰ ਆਜ਼ਾਦੀ ਦਿੱਤੀ ਇਹਨੇ ਗੁਲਾਮ ਬਣਾਤਾ ਪੰਜਾਬ ਗਿਰਵੀ ਧਰਤਾ ਕਹਿੰਦੇ ਸਮਾਂ ਦਿਓ ਅੱਛਾ ਸਮਾਂ ਦਿਓ ਗਿਰਵੀ ਧਰਨ ਦਾ ਫਿਰ ਇਹਨੂੰ ਹਕੀਮ ਨੇ ਕਿਹਾ ਸੀ ਵੀ 1 April ਤੋਂ ਕੋਈ ਖੁਦਕੁਸ਼ੀ ਨਹੀਂ ਹੋਣ ਦੇਣਗੇ
ਟਸਕੀ ਨੇ ਕਿਹਾ ਸੀ ਹਰਾ ਪੈਨ ਟਸਕੀ ਆਰਡਰ ਪਹਿਲੀ ਕੈਬਨਿਟ ਚ ਹਰਾ ਪੈਨ ਲੈ ਕੇ ਆਰਡਰ ਦਿੱਤੇ ਵੀ 25,000 ਦਾ ਇੱਕ ਮਹੀਨੇ ਚ ਨੋਟੀਫਿਕੇਸ਼ਨ ਅੱਜ 40-45 ਦਿਨ ਹੋ ਨੋਟੀਫਿਕੇਸ਼ਨ ਹੋ ਗਿਆ ਨਹੀਂ ਇਹਦਾ ਨਾਂ ਰੱਖਤਾ ਐਲਾਨਵੰਤ ਸਿੰਘ ਦੇਲਾਂ ਤੇ ਲਾਂ ਪੰਜਾਬ ਪੁਲਿਸ ਦੀ ਦੁਰਵਰਤੋਂ ਪੰਜਾਬ ਪੁਲਿਸ ਦੀ ਦੁਰਵਰਤੋਂ ਹੈ ਇਹ ਉੱਥੋਂ ਜਾ ਕੇ ਆਏ ਧਰਨੇ ਤੋਂ ਇਕੱਠੇ ਆਏ ਠੀਕ ਹੈ ਆਪ ਸੁਪਰੀਮੋ ਦੇ ਖਿਲਾਫ ਕੋਈ ਵੀ ਬੋਲੇ ਸੱਚ ਦੀ ਆਵਾਜ਼ ਨੂੰ ਦੱਬਣ ਦੇ ਖਾਤਰ ਭੈ ਦੀ ਰਾਜਨੀਤੀ ਡਰਾਓ ਇਹ ਤੇ ਮੌਲਿਕ ਅਧਿਕਾਰ ਹੈ ਨਾ ਫਰੀਡਮ ਟੂ ਸਪੀਚ ਇਹ ਜੇ ਬਹੁਤ ਕੁਛ ਹੈ ਚੱਲ ਮੈਂ ਇੱਥੇ ਹੁਣ ਇਹ ਮੁੰਡੇ ਦਾ ਕੁਛ ਹੀਲਾ ਕਰਕੇ ਜਾਂਦੇ ਹਾਂ ਅੱਜ ਤੇ ਦੇਖੋ ਭਾਈ ਕਿਸੇ ਦੇ ਦੁੱਖ ਦੇ ਵਿੱਚ ਉਹਦਾ ਦੁੱਖ ਹੰਡਾ ਲਓ ਮੈਂ ਸਭ ਤੋਂ ਜ਼ਿਆਦਾ ਮੇਰੀਆਂ ਅੱਖਾਂ ਭਰ ਆਈਆਂ ਰੋਣ ਨਿਕਲ ਗਿਆ ਮੇਰਾ ਜਦੋਂ ਪਹਿਲੇ ਪਿੰਡ ਗਏ ਦੋ ਪੁੱਤ ਇੱਕ 8 ਸਾਲ ਪਹਿਲਾਂ ਗਿਆ ਇੱਕ ਇਸ ਹੁਣ ਗਿਆ ਵੱਡਾ ਸੀਗਾ ਜਿਹੜਾ ਹੁਣ ਗਿਆ ਬਾਪ ਖੜਾ ਹੈ ਲੇਪ ਨਹੀਂ ਕਰਾਇਆ ਜਿਹੜਾ ਮਕਾਨ ਦੇ ਉੱਤੇ ਨਾ ਮਿੱਟੀ ਦਾ ਗਾਰੇ ਦਾ ਲੇਪ ਹੁੰਦਾ ਉਦੋਂ ਬਾਅਦ ਫਿਰ ਟੀਪ ਹੁੰਦੀ ਹੈ 20 ਸਾਲਾਂ ਦਾ 20,000 ਰੁਪਏ ਦਾ ਲੇਪ ਨਹੀਂ ਕਰਾ ਸਕੇ ਇੱਥੇ ਖੁਦਕੁਸ਼ੀ ਕੀਤੇ ਨੂੰ ਕਿਸਾਨ ਨੂੰ ਇੰਨੇ ਦਿਨ ਹੋ ਗਏ ਉਹਦਾ ਭੋਗ ਵੀ ਪੈ ਗਿਆ ਮੌਜੂਦਾ ਸਰਕਾਰ ਚੋਂ ਕੋਈ ਵੀ ਨੁਮਾਇੰਦਾ ਖੁਦ ਵਿਧਾਇਕ ਵੀ ਜੋ ਇਸ ਇਲਾਕੇ ਦੇ ਨੇ ਬਿਲਕੁਲ ਨਹੀਂ ਆਏ ਇੱਥੇ ਕੋਈ ਨਹੀਂ ਬਿਲਕੁਲ ਨਹੀਂ ਆਇਆ ਇਸ ਤਰ੍ਹਾਂ ਉਹ ਟ੍ਰੇਨਿੰਗ ਲੈ ਰਹੇ 2-4 ਸਾਲ ਟ੍ਰੇਨਿੰਗ ਲੈਣਗੇ ਉਹਨਾਂ ਨੂੰ ਸਰਕਾਰ ਨਹੀਂ ਚਲਾਉਣੀ